ਜਸਪਾਲ ਸਨੇਟਰ। ਇੱਥੇ ਆ ਕੇ ਪਤਾ ਐਂ ਲੱਗਿਆ, ਲੱਗਦਾ ਵੀ ਜਿਸ ਤਰ੍ਹਾਂ ਸਾਰਾ ਪੰਜਾਬ ਹੀ, ਸਾਰੀ ਦੁਨੀਆ ਹੀ ਇੱਥੇ ਆ ਗਈ। ਬੜਾ ਮਨ ਨੂੰ ਖੁਸ਼ੀ ਮਿਲੀ ਹੈ, ਕਿਉਂਕਿ ਜਿਹੜਾ ਮਾਹੌਲ ਬਣਿਆ ਹੋਇਆ ਸੀ, ਕਵਾਲ ਸੁਣਨੇ ਬਹੁਤ ਔਖੇ, ਪਰ ਜਿਨ੍ਹਾਂ ਨੂੰ ਸਮਝ ਆ ਗਈ ਉਹ ਫਿਰ ਹੋਰ ਕਲਾਕਾਰਾਂ ਨੂੰ ਨਹੀਂ ਸੁਣਦੇ, ਜਿਨ੍ਹਾਂ ਨੂੰ ਗਜ਼ਲ ਦੀ ਸਮਝ ਆ ਗਈ ਫਿਰ ਹੋਰ ਕਲਾਕਾਰ ਨੂੰ ਨਹੀਂ ਸੁਣਦੇ। ਇਸ ਕਰਕੇ ਇਸ਼ਕ ਮੁਹੱਬਤ ਦੀਆਂ ਗੱਲਾਂ ਬਾਤਾਂ ਹੁੰਦੀਆਂ ਵਾ। ਹਾ ਹੈਲੋ 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 ਹੈਲੋ, ਆ ਦੋਨਾਂ 'ਚੋਂ ਜਨਾਨਾ ਕਿਹੜਾ? ਹੈਲੋ, ਹੱਸਣਾ, ਖੂਬਸੂਰਤ ਹਾਸਾ ਜਿਹੜਾ ਕਹਿੰਦੇ, ਵਧੀਆ ਢੰਗ ਨਾਲ ਹੱਸਣਾ। ਇੱਕ ਹਾਸਾ ਖਤਰਨਾਕ ਵੀ ਹੁੰਦਾ। ਦਰੋਪਦੀ ਹੱਸੀ ਸੀ ਦੁਰਯੋਧਨ 'ਤੇ, ਫਿਰ ਮਹਾਂਭਾਰਤ ਹੋਇਆ। ਇਸ ਕਰਕੇ ਖੁੱਲ੍ਹ ਕੇ ਹੱਸਣਾ, ਕਾਮੇਡੀ ਇੱਦਾਂ ਦਾ ਸਬਜੈਕਟ ਆ, ਬੜਾ ਔਖਾ ਸਬਜੈਕਟ ਆ, ਪਰ ਫਿਰ ਵੀ ਹੁਣ ਤੁਸੀਂ ਇਹ, ਮੈਂ 5-7 ਮਿੰਟ ਲਾਉਣੇ ਆ, ਜ਼ਿਆਦਾ ਟਾਈਮ ਨਹੀਂ ਲਾਉਣਾ। ਕਲਾਕਾਰ ਬਹੁਤ ਜ਼ਿਆਦਾ, ਇੱਕ ਤਾਂ ਮੈਂ ਡਰੈਸ ਨਹੀਂ ਪਾਈ, ਇਸ ਡਰੈਸ ਦੇ ਵਿੱਚ ਮੈਂ ਤਾਂ ਆਹ ਕਾਮੇਡੀ ਕਰਦਾ, ਐਂ ਲੱਗਦਾ ਜਿਵੇਂ ਬ੍ਰੈਡ ਨਾਲ ਸਾਗ ਖਾਣ ਵਾਲੀ ਗੱਲ ਹੈ, ਗੱਲ ਨਹੀਂ ਬਣਦੀ। ਹਾਂ, ਉਹ ਜਦ ਤੱਕ ਪਜਾਮਾ ਨਾ ਪਾਇਆ ਹੋਵੇ ਉਦੋਂ ਤੱਕ ਫਿਰ ਗੱਲ ਨਹੀਂ ਬਣਦੀ। ਕੋਈ ਨਹੀਂ, ਆਪਾਂ ਗੱਲ ਬਣਾਉਂਦੇ ਆ। ਪਹਿਲਾਂ ਐ ਦੱਸ, ਕਦੋਂ ਦਾ ਆਇਆ ਹੋਇਆ ਇੱਥੇ? ਆ ਬੋਲਣਾ, ਗੁਰੂ ਦੇ ਘਰ ਆਇਆ ਹੋਇਆ ਭਜਨਿਆ, ਤੈਨੂੰ ਕਦੋਂ ਦੀ ਵੇਖੀ ਜਾਂਦੀ, ਤੂੰ ਢਿੱਲਾ ਢਿੱਲਾ ਕਿਉਂ ਅੱਜ, ਇੰਨਾ ਖੁਸ਼ੀ ਦਾ ਟਾਈਮ ਆ। ਕੰਮ ਖਰਾਬ ਹੋ ਗਿਆ ਸਨ ਵੀ, ਕੀ ਹੋ ਗਿਆ ਘਰੇ ਤੇਰੇ? ਸੌਖਾ ਸੁੱਖ ਨਹੀਂ, ਕੀ ਹੋ ਗਿਆ? ਅੱਗੇ ਵਧੀਆ ਸੰਤੀਏ ਤੜਕੇ ਲਾ ਲਾ ਕੇ ਰੋਟੀ ਖਾਂਦੇ ਸੀ, ਹੁਣ ਤਾਂ ਕਦੇ ਗੰਢੇ ਨਾਲ ਰੋਟੀ ਖਾ ਲਈ, ਕਦੇ ਅਚਾਰ ਨਾ ਖਾ ਲਈ, ਕਦੇ ਭੁੱਖੇ ਰਹਿ ਲਏ। ਕੰਮ ਬਹੁਤ ਖਰਾਬ ਹੋ ਗਿਆ। ਵੇ ਹੋਇਆ ਕੀ ਆ? ਬਹੁਤ ਕੰਮ ਖਰਾਬ ਹੋ ਗਿਆ। ਉਹ ਕੀ ਹੋ ਗਿਆ? ਮੁਰਗੀ ਮਰ ਗਈ ਸੰਤੀਏ, ਮੁਰਗੀ ਮਰ ਗਈ। ਉਹ ਮੁਰਗੀ ਮਰੀ ਆ, ਐਡਾ ਕੀ ਲੋੜਾ ਆ ਗਿਆ, ਐਵੇਂ ਢਿੱਲਾ ਹੋਇਆ ਫਿਰ ਤਾਂ ਜਾ ਵੇ ਅਮਲੀਆ, ਇੰਨਾ ਨਹੀਂ ਅਫਸੋਸ ਕਰੀਦਾ? ਸਾਡਾ ਬੁੜਾ ਮਰ ਗਿਆ ਸੀ, ਅਸੀਂ ਤਾਂ ਨਹੀਂ ਇੰਨਾ ਅਫਸੋਸ ਕੀਤਾ। ਤੁਹਾਡਾ ਬੁੜਾ ਅੰਡੇ ਨਹੀਂ ਨਾ ਦਿੱਤਾ ਸੀ, ਤੰਗ ਕਰਦੀ ਅਮਲੀ ਬੰਦੇ ਨੂੰ, ਤੰਗ ਕਰਦੀ ਹੈ। ਸਾਡਾ ਜ਼ਿਆਦਾ ਵੱਡਾ ਕਾਰੋਬਾਰ ਨਹੀਂ ਹੁੰਦਾ, ਛੋਟਾ ਹੀ ਹੁੰਦਾ, ਬੱਕਰੀ ਰੱਖ ਲਈ, ਮੁਰਗੀ ਰੱਖ ਲਈ, ਬਸ ਇੰਨਾ ਹੀ ਆ। ਅਤੇ ਇੱਕ ਸਾਥੀ, 5-4 ਦਿਨਾਂ ਦੀ ਗੱਲ ਆ, ਬੋੜਾ ਖੂਹ ਤੁਹਾਡੇ ਪਿੰਡ ਦੇ ਕੋਲੇ, ਉੱਥੇ ਬੜਾ ਇਕੱਠ ਹੋਇਆ ਸੀ, ਕੀ ਗੱਲ ਹੋ ਗਈ? ਵੇ ਬੋੜੇ ਖੂਹ ਦੀ ਗੱਲ ਸੁਣ ਲਾ, ਸਾਡੀ ਬੇਬੇ ਦੀ ਕੜੀ ਅੱਜ ਤੋਂ 20 ਸਾਲ ਪਹਿਲਾਂ ਬੋੜੇ ਖੂਹ 'ਚ ਡੇਗੀ ਸੀ। ਅੱਛਾ, ਵੇ ਪਰਸੋਂ ਆਈ ਚਲਦੀ ਨਿਕਲੀ। ਚਲਦੀ ਨਿਕਲੀ? ਵੇ ਚਲਦੀ ਨਿਕਲ ਆਈ ਉਸੇ ਬੋੜੇ ਖੂਹ 'ਚ, ਅੱਜ ਤੋਂ 20 ਸਾਲ ਪਹਿਲਾਂ ਸਾਡਾ ਬੋੜਾ ਡਿੱਗਿਆ ਸੀ। ਅੱਛਾ, ਪਰਸੋਂ ਨਿਕਲਿਆ, ਜਿਉਂਦਾ ਹੀ ਨਿਕਲਿਆ। ਜਿਉਂਦਾ ਨਿਕਲ ਆਇਆ? ਭਲਾ ਤੁਹਾਡਾ ਬੁੜਾ ਬੋੜੇ ਖੂਹ 'ਚ 20 ਸਾਲ ਕੀ ਕਰਦਾ ਸੀ? ਤੁਹਾਡੀ ਬੁੜੀ ਦੀ ਘੜੀ ਨੂੰ ਚਾਬੀ ਦਿੰਦਾ ਸੀ। ਇਹ ਗੱਪ ਮਾਰੀ ਜਾਂਦੀ ਹੈ, ਗੱਪ ਮਾਰੀ ਜਾਂਦੀ ਹੈ, ਮੈਂ ਅੱਗੇ ਟੰਗ ਆ, ਮੈਂ ਤੈਨੂੰ ਦੱਸਾਂ। ਹੋਰ ਸੁਣਾ ਕੀ ਹਾਲ? ਵੇ ਕੈਨੇਡਾ ਤੋਂ ਆਇਆ ਭਜਨਿਆ, ਹੋਰ ਸਾਰੀਆਂ ਗੱਲਾਂ ਛੱਡ, ਮੇਰੇ ਲਈ ਕੀ ਲੈ ਕੇ ਆਇਆ? ਉਹ ਤੇਰੇ ਲਈ ਲੈ ਕੇ ਆਉਣਾ ਸੀ ਸੰਤੀ, ਮੇਰੀ ਨਾ ਥੋੜੀ ਬਜਟ ਦੇ ਵਿੱਚ ਪ੍ਰੋਬਲਮ ਜੀ ਆ। ਮਰ ਜਾਣੇ ਆ, ਮੇਰੀ ਵਾਰੀ ਹੁਣ ਤੇਰੇ ਬਜਟ 'ਚ ਪ੍ਰੋਬਲਮ ਆਉਣ ਲੱਗੀ, ਖਾਲੀ ਹੱਥੀ ਆ ਗਿਆ। ਕਾਹਨੂੰ ਸੰਤੀ, ਮੈਂ ਉੱਥੇ ਦੁਕਾਨ 'ਚ ਵੜਿਆ, ਮੈਂ ਕਿਹਾ ਚੱਲ ਤੇਰੇ ਵਾਸਤੇ 100 ਬੀਬੀਆਂ ਭੈਣਾਂ ਦਾ ਕਾਫੀ ਹੁੰਦਾ, ਸੁਰਕੀ ਬਾਰਡਰ ਕਾਫੀ, ਮੈਂ ਦੁਕਾਨ 'ਚ ਵੜਿਆ। ਅੱਛਾ, ਮੈਂ ਦੁਕਾਨਦਾਰ ਨੂੰ ਆਰਡਰ ਮਾਰਨ ਹੀ ਲੱਗਿਆ ਸੀ, ਐਡਾ ਗੋਰਾ ਕਾਲਾ ਆਇਆ, ਗੋਰਾ ਮੈਨੂੰ ਪਿੱਛੇ ਜੇ ਕਰਕੇ ਪਹਿਲੇ ਦੁਕਾਨਦਾਰ ਨੂੰ ਆਰਡਰ ਮਾਰਿਆ। ਕੀ ਕਹਿੰਦਾ? ਪਲੀਜ਼ ਗਿਵ ਮੀ 700 ਰੁਪਿਆ। ਹਾਏ ਹਾਏ, 7 ਕੱਛੇ! ਮੈਂ ਕਿਹਾ ਹੱਦ ਕਰਤੀ ਹੈ, ਕੱਲਾ ਕਿਹੜਾ ਬੰਦਾ ਇਹਨੇ 7 ਕੱਛੇ ਕਰਨੇ? ਕੀ ਸੋਚਣ ਵਾਲੀ ਗੱਲ ਆ ਭਜਣਿਆ। ਮੈਂ ਗੋਰੇ ਦੀ ਬਾਂਹ ਫੜ ਕੇ ਗਲੀ ਜੀ ਚੁਣ ਲੈ ਗਈ। ਹਾਂ, ਇਹ ਮੈਂ ਕਿਹਾ ਗੋਰਾ ਜੀ, ਇਹ ਤੁਸੀਂ 700 ਰੁਪਿਆ ਕੀ ਕਰਨੇ? ਵੇ ਗੋਰਾ ਕੀ ਕਹਿੰਦਾ? ਬਾਬਾ ਜੀ, ਸਾਈਂ ਸੁਰਿੰਦਰ ਸ਼ਾਹ ਜੀ, ਪੀਰ ਜੀ, ਇੰਨੀ ਖੁਸ਼ੀ ਹੋਈ ਆ ਬਾਬਾ ਜੀ, ਸੱਚੀ ਗੱਲ ਆ, ਦਰਸ਼ਨ ਕਰਕੇ ਇੰਨਾ ਮਨ ਖੁਸ਼ ਹੋਇਆ। ਪਹਿਲਾ ਪ੍ਰੋਗਰਾਮ ਬਾਬਾ ਜੀ ਦੇ ਚਰਨਾਂ 'ਚ ਲੱਗਿਆ, ਮੈਂ ਹਜੇ ਸੁਰਿੰਦਰ ਭਾਜੀ ਹੋਰੀ ਬੈਠਿਆ, ਮੈਂ ਚਾਹੁੰਦਾ ਸੀ ਅਖਬਾਰਾਂ 'ਚ ਦਊਂਗਾ, ਇਸ ਤੋਂ ਵੱਡਾ ਅਖਬਾਰ ਦੁਨੀਆ 'ਚ ਹੈ ਹੀ ਨਹੀਂ, ਪੱਤਰਕਾਰ ਮੀਡੀਆ ਬੈਠਾ ਬਾਬਾ ਜੀ ਦੇ ਨਾਂ ਤੇ। ਪਲੀਜ਼ ਇੱਕ ਵਾਰੀ ਮਾਵਾਂ ਭੈਣਾਂ ਬੇਟੀਆਂ ਜ਼ੋਰਦਾਰ ਤਾੜੀਆਂ। ਮੇਰਾ ਮਨ ਇੰਨਾ ਖੁਸ਼ ਹੋਇਆ, ਸੱਚੀ ਗੱਲ ਆ, ਕਿ ਮੈਨੂੰ ਸਨੇਟਸ ਜਸਪਾਲ ਨੇ ਕਿਹਾ ਸੀ, ਮੈਂ ਉਹਦਾ ਜ਼ਿੰਦਗੀ 'ਚ ਦੇਣ ਨਹੀਂ ਦੇ ਸਕਦਾ ਕਿ ਬਾਬਾ ਜੀ ਦੇ ਦਰਸ਼ਨ ਕਰਵਾਏ। ਹਾਂ ਸੰਤੀਏ, ਮੈਂ ਗੱਲ ਕਰਦਾ ਸੀ, ਵੇ ਮੇਰੇ ਲਈ ਕੀ ਲੈ ਕੇ ਆਇਆ ਕੈਨੇਡਾ 'ਚ? ਮੈਂ ਦੁਕਾਨ 'ਚ ਵੜਿਆ, ਮੈਂ ਤੁਹਾਨੂੰ ਦੱਸਿਆ, ਮੈਂ ਆਰਡਰ ਮਾਰਨ ਹੀ ਲੱਗਿਆ ਸੀ। ਅੱਛਾ, ਗੋਰਾ ਪਿੱਛੇ ਜੇ ਕਰਕੇ ਪਹਿਲੇ ਦੁਕਾਨਦਾਰ ਨੂੰ ਆਰਡਰ ਮਾਰਿਆ। ਕੀ ਕਹਿੰਦਾ? ਪਲੀਜ਼ ਗਿਵ ਮੀ 700 ਰੁਪਿਆ। ਹਾਏ ਹਾਏ, 7 ਕੱਛੇ! ਮੈਂ ਕਿਹਾ ਹੱਦ ਕਰਦੀ ਹੈ, ਕੱਲਾ ਕਹਿ ਰਿਹਾ ਬੰਦਾ ਇਹਨੇ 7 ਕੱਛੇ ਕਰਨੇ? ਸੋਚਣ ਵਾਲੀ ਗੱਲ ਆ। ਮੈਂ ਗੋਰੇ ਦੀ ਬਾਂਹ ਫੜ ਕੇ ਗਲੀ ਜੀ ਚੁਣ ਲੈ ਗਈ। ਹਾਂ,
ਇਹਨੇ ਕਿਹਾ ਗੋਰਾ ਜੀ ਇਹ ਤੁਸੀਂ 7 underwear ਕੀ ਕਰਨੇ? ਗੋਰਾ ਕੀ ਕਹਿੰਦਾ? ਗੋਰਾ ਕਹਿੰਦਾ 1 for Sunday, 2 for Monday, 3 for Tuesday, 4 for Wednesday. ਇਹਦਾ ਮਤਲਬ ਭਜਨੇ ਆ ਭਾਈ, ਗੋਰੇ ਇੰਨੀ ਸਫਾਈ ਰੱਖਦੇ ਆ, ਹਫਤੇ ਵਿੱਚ ਜਿੰਨੇ ਦਿਨ ਆਉਂਦੇ ਨੇ ਨਿੱਤ ਨਹਾਉਂਦੇ ਨੇ, ਨਿੱਤ ਆਪਣੇ ਲੀੜੇ ਚੇਂਜ ਕਰਦੇ ਨੇ। ਚੁੱਪ ਕਰ ਜਾ, ਮਗਜ ਮਾਰੀ ਜਾਂਦੀ ਆ। ਨਹਾਉਂਦੇ ਨੇ, ਚੇਂਜ ਕਰਦੇ ਨੇ, ਅਸੀਂ ਪੰਜਾਬੀ ਬੰਦੇ ਕਿਤੇ ਘੱਟ ਨਹਾਉਂਦੇ, ਘੱਟ ਕੱਪੜੇ ਚੇਂਜ ਕਰਦੇ। ਉਹ ਤਾਂ ਠੀਕ ਆ। ਫਿਰ ਮੈਨੂੰ ਚੜ ਗਿਆ ਗੁੱਸਾ, ਮੈਂ ਕਿਹਾ ਮੈਂ ਦਿਖਾਉਣਾ ਗੋਰੇ ਨੂੰ ਜਲਬ। ਤੈਂ ਕੀ ਕੀਤਾ? ਫਿਰ ਮੈਂ ਮਾਰਿਆ ਦੁਕਾਨਦਾਰ ਨੂੰ ਅੱਡ। ਕੀ? ਮੈਂ ਕਿਹਾ ਗੋਰਾ ਜੀ ਪਲੀਜ਼ ਗਿਵ ਮੀ 12 underwear। ਮਰ ਜਾਣੇ 12 ਕੱਛੇ। ਗੋਰਾ ਭੀਤ ਜਿਹਾ ਹੋ ਗਿਆ। ਗੋਰਾ ਮੇਰੇ ਵੱਲ ਨੂੰ ਦੇਖ ਕੇ ਨੀਵੀਂ ਜੀ ਪਾ ਕੇ ਗੋਰਾ ਮੈਨੂੰ ਪਰੇ ਨੂੰ ਲੈ ਗਿਆ। ਅੱਛਾ। ਗੋਰਾ ਮੈਨੂੰ ਪੁੱਛੀ ਬੈਠਾ, ਕੀ ਇਹ ਕਹਿੰਦਾ ਪੰਜਾਬੀ ਜੀ, ਹਾਂ ਇਹ ਤੁਸੀਂ 12 ਕੱਛੇ ਕੀ ਕਰ ਰਹੇ? ਇਹ ਤੈਂ ਕੀ ਕਿਹਾ? ਮੈਂ ਕਿਹਾ 1 for January, 2 for February, 3 for March। ਪਰੇ ਨੂੰ ਨਾ ਜਾ, ਮੈਂ ਮੋਕ ਨਹੀਂ ਮਾਰਦਾ, ਨੇੜੇ ਹੋ ਕੇ ਖੜੀ ਦਾ ਹੁੰਦਾ ਮੈਂ ਤਾਂ। ਆ ਨਾ, ਉਹ ਤਾਂ ਬੜੀ ਟੌਰ ਕੱਢੀ ਭਜਨੇ ਅੱਜ, ਪਰ ਤੇ ਲੀੜੀਆਂ 'ਚ ਮੁਸ਼ਕ ਬੜਾ ਮਾਰਦਾ। ਇਹ ਮੁਸ਼ਕ ਦੀ ਮੈਂ ਤੈਨੂੰ ਲੈ ਸੱਚੀ ਗੱਲ ਇੱਕੋ ਗੱਲ ਕਰਨੀ ਆ, ਲਾਸਟ ਮੈਂ ਬਾਬਾ ਜੀ ਹੁਣ ਪਾਲੀ ਦੇ ਤਲ ਗਿਆ ਜੀ। ਵਾਹ ਵਾਹ ਵਾਹ, ਕਿਆ ਬਾਤ, ਬਹੁਤ ਹੀ ਪਿਆਰੇ ਕਲਾਕਾਰ ਆ ਮੇਰੇ, ਬਹੁਤ ਪਿਆਰੇ ਮਿੱਤਰ ਆ। ਹਾਂ ਮੈਂ ਕੀ ਗੱਲ ਕਰਨ ਲੱਗਿਆ, ਮੁਸ਼ਕ ਬੜਾ ਆਉਂਦਾ ਲੀੜਿਆਂ 'ਚੋਂ ਭਜਨੇ ਆ। ਮੈਂ ਝੱਗਾ ਪਜਾਮਾ ਨਾ, ਮੈਂ ਪੈਂਟ ਪੁੰਟ 'ਚ 10-15 ਵਾਰੀ ਧੋਤੀ, ਪਰ ਥੋੜ੍ਹਾ ਨਾ ਪ੍ਰੋਬਲਮ ਗਈ ਨਹੀਂ। ਹੋਇਆ ਕੀ ਲੀੜਿਆਂ 'ਚ? ਅੱਜ ਤੋਂ 3 ਮਹੀਨੇ ਪਹਿਲਾਂ ਦੀ ਗੱਲ ਹੈ ਸਨ। ਹਾਂ ਮੈਂ ਕਿਤੇ ਜੈਲਦਾਰਾਂ ਦੇ ਘਰੇ ਚਲੇ ਗਿਆ। ਹਾਏ, ਜੈਲਦਾਰਾਂ ਦੇ ਘਰੇ ਚਲਾ ਗਿਆ? ਉਹਨਾਂ ਦੇ ਐਡੇ ਐਡੇ ਸ਼ੇਰਾਂ ਵਰਗੇ ਕੁੱਤੇ, ਡਰਦਾ ਕਿ ਬੰਦਾ ਉਹਨਾਂ ਦੇ ਗਲੀ 'ਚ ਨਹੀਂ ਵੜਦਾ। ਤੂੰ ਘਰੇ ਚਲ ਗਿਆ ਵੀ ਅਮਲੀਆ, ਮਰਨਾ ਸੀ ਕੁੱਤਿਆਂ ਤੋਂ? ਪੱਕੀ ਗੱਲ ਆ ਸੰਤੀ, ਕੱਟਿਆਂ ਜਿੱਡੇ ਜਿੱਡੇ ਕੁੱਤੇ, ਕਿਸੇ ਦੀ ਪੂਛ ਵੱਡੀ, ਕਿਸੇ ਦੀ ਕੰਨ ਵੱਡਿਆ, ਕੋਈ ਲੰਡੂ, ਕੋਈ ਫੰਡੂ, ਕੋਈ ਪਨੀਰ, ਕੋਈ ਡਾਬ, ਉਹ ਲੋਕਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ, ਕੁੱਤਿਆਂ ਨੂੰ ਤਿੱਤਰ ਬਟੇਰੇ ਕਰੌੜੇ। ਕੁੱਤਿਆਂ ਵਾਸਤੇ ਗਰਮੀਆਂ 'ਚ ਏਸੀ ਲਾਇਆ ਹੋਇਆ। ਅੱਛਾ। ਬੁੜਾ ਬੁੜੀ ਉਹਨਾਂ ਦੇ ਨੀਰ ਵਾਲੇ ਮੰਜਾ ਡਾਇਆ, ਕੁੱਤੇ ਜਵਾਕਾਂ ਦਾ ਮੂੰਹ ਚੱਟੀ ਜਾਂਦਾ, 3-4 ਜਾਈਆਂ 'ਚ ਬਰੇ ਫਿਰਦਾ, 4-5 ਕਿਚਨ 'ਚ ਤੁਰੇ ਫਿਰ। ਨੇੜੇ ਗੱਲ ਮਕਾਲਾ, ਵੇ ਕਰਨ ਕੀ ਗਿਆ ਸੀ? ਸੰਤੀ ਜਦੋਂ ਮੈਂ ਉਹਨਾਂ ਦੇ ਘਰੇ ਵੜਿਆ ਨਾ, ਅੱਛਾ ਬਈ ਉਹਨਾਂ ਦਾ ਇੱਕ ਕੁੱਤਾ ਖੁੱਲ ਗਿਆ। ਕੁੱਤਾ ਖੁੱਲ ਗਿਆ? ਕੱਟੇ ਚਿੱਟਾ ਕੁੱਤਾ, ਮੈਂ ਮੂਹਰੇ ਮਗਰ ਕੁੱਤਾ, ਮੈਂ ਮੂਹਰੇ ਮਗਰ ਕੁੱਤਾ, ਉਧਰ ਉਹਨਾਂ ਦੀ ਬੁੜੀ ਚਾਂਗਾ ਮਾਰ। ਉਹ ਕੀ ਕਹੇ? ਬਈ ਭਜਣਿਆ ਮਰ ਜਾਣਿਆ ਭਜਣਾ, ਬਈ ਤੈਨੂੰ ਪਾੜ ਕੇ ਰੱਖ ਦੂ, ਬਈ ਇੱਥੇ ਹੀ ਬਹਿ ਜਾ, ਬਈ ਇੱਥੇ ਹੀ ਬਹਿ ਜਾ। ਮੈਂ ਸੰਤੀ ਕੰਧ ਦੇ ਨਾਲ ਨਾ ਐ ਮੁੱਢ ਜਿਹਾ ਬਣ ਕੇ ਬਹਿ ਗਿਆ। ਚੰਗਾ ਕੀਤਾ ਬਹਿ ਗਿਆ, ਤੇਰੀ ਜਾਨ ਬਚ ਗਈ। ਚੰਗਾ ਕੀ, ਸਵਾਹ ਕੀਤਾ? ਹਾਂ। ਸੌਰੀ ਦਾ ਏਡਾ ਢੀਟ ਕੁੱਤਾ ਦੇ ਕੇ ਲੱਤ ਚੱਕ ਕੇ ਮੇਰੇ ਤੇ ਸੂ ਸੂ ਕਰਨ ਲੱਗ। ਫਿੱਟੇ ਮੂੰਹ, ਉਹ ਨਾ ਮੈਂ ਹਿੱਲਣ ਜੋਗਾ, ਨਾ ਮੈਂ ਬੋਲਣ ਜੋਗਾ, ਨਾ ਮੈਂ ਕੁਸਕਣ ਜੋਗਾ। ਮੈਂ ਕਿਹਾ ਪੁੱਛੋ ਨਾ ਸਾਥੀ, ਉਧਰ ਉਹਨਾਂ ਦੀ ਬੁੜੀ ਮੇਰੇ ਮੂਹਰੇ ਹੱਥ ਬੰਨੇ ਕਰੀ। ਉਹ ਕੀ ਕਹੇ? ਹਿੱਲੀ ਨਾ ਭਜਣਿਆ। ਕਿਉਂ? ਮਹੀਨੇ ਕਦੇ ਇਹਦੇ ਬੰਨ ਪਿਆ ਸੀ, ਸੁੱਖ ਨਾ ਅੱਜ ਹੀ ਖੁੱਲਿਆ, ਆ ਇਹਨੂੰ ਸਾਰਾ ਕਾਰੋਬਾਰ ਕਰ ਲੈਣ ਤੇ ਫਿਰ ਜਿੱਥੇ ਜਾਣਾ ਹੋਇਆ ਚਲੇ। ਉਧਰ ਦੀ ਨਾ ਥੋੜੀ ਜਿਹੀ ਪ੍ਰੋਬਲਮ ਆ, ਲਾਸਟ ਗੱਲ ਕਰ ਲੈ ਸੰਤੀ। ਇਹ ਪੁਲਿਸ ਵਾਲੇ ਖੜੇ ਆ, ਹਾਂ ਡਿਸਿਪਲ ਨੂੰ ਸੈੱਟ ਰੱਖਦੇ ਆ। ਬਿਲਕੁਲ ਸਹੀ ਗੱਲ ਆ ਭਜਨੇ ਆ। ਫੜ ਜਾ ਖਾ ਲੈਣ ਦੇ ਭੁਰ। ਵੇ ਕੀ ਲੱਗਿਆ ਖਾਣ? ਉਹ ਭੀਮ ਖਾਨਾ ਹੋਰ ਪੰਜੀਰੀ ਖਾਨਾ। ਬਾਬਾ ਜੀ ਸਾਈਂ ਬਾਬਾ ਸੁਰਿੰਦਰ ਸ਼ਾਹ ਜੀ, ਔਰ ਮੈਂ ਕੀ ਤਾਰੀਫ ਕਰਾਂ, ਮੈਂ ਕੀ ਸਿਫਤ ਕਰਾਂ ਕਿ ਮੇਰੇ ਮਨ ਨੂੰ ਆ ਕੇ ਇੰਨੀ ਸ਼ਾਂਤੀ ਮਿਲੀ ਆ। ਔਰ ਮੈਂ ਬਾਰ ਬਾਰ ਕਹਿੰਦਾ, ਮੈਂ ਹਰ ਸਵਾਸ ਨਾਲ ਮੈਂ ਕਹਿੰਦਾ ਵਾਂ ਕਿ ਬਾਬਾ ਜੀ ਹੋਰਾਂ ਦੇ ਦਰਸ਼ਨ ਕਰਕੇ ਜਿਹੜੀ ਅੰਦਰ ਮੰਦਰ ਦੀ ਮੈਲ ਆ ਨਾ, ਉਹ ਨਿਕਲ ਜਾਂਦੀ ਆ। ਸੱਚੀ ਗੱਲ ਆ। ਔਰ ਮਾਲਕ ਅਲਜੁਗੀ ਜੀਵ ਸੱਚੇ ਪਾਤਸ਼ਾਹ ਚੜ੍ਹਦੀਆਂ ਕੱਲਾਂ ਬਖਸ਼ੇ, ਅਕਾਲ ਪੁਰਖ ਵਾਹਿਗੁਰੂ। ਲਾਸਟ ਗੱਲ ਕਰਨ ਲੱਗਿਆ ਖਾਣ, ਉਹ ਫੀਮ ਖਾਨਾ ਹੋਰ ਪੰਜੀਰੀ ਖਾਨਾ, ਐਡੀ ਕੌੜੀ ਜ਼ਹਿਰ ਅਰਗੀ ਨਿਭਾਉਣੀ ਕਿਤੇ ਸੌਖੀ ਪਈ ਆ? ਤੁਸੀਂ ਜਨਾਨੀਆਂ ਘਰੇ ਬੈਠੀਆਂ ਗੱਲਾਂ ਮਾਰਦੇ ਰਹੇ, ਢਹਿ ਜਾਣੇ ਆ, ਇੰਨੀ ਪੁਲਿਸ ਖੜੀ ਆ, ਤੈਨੂੰ ਫੜ ਕੇ ਲੈ ਜਾਣਗੇ। ਪੁਲਿਸ ਵਾਲਿਆਂ ਤੋਂ ਨਾ ਡਰ, ਆਪਣੇ ਹੀ ਬੰਦੇ ਆਪਣੇ। ਕਿਉਂ ਮੇਰੀ ਬੇਇੱਜ਼ਤੀ ਕਰਾਈ ਜਾਂਦਾ? ਤੈਨੂੰ ਫੜ ਕੇ ਲੈ ਜਾਣਗੇ, ਆਹ ਖੜੇ ਆ। ਉਹ ਮੈਂ ਕਿਹਾ ਪੁਲਿਸ ਵਾਲਿਆਂ ਤੋਂ ਨਾ ਡਰ, ਇਹਨਾਂ ਤੋਂ ਕਿਸ ਤੋਂ ਨਾ ਡਰਾਂ? ਇਹਨਾਂ ਤੋਂ ਤਾਂ ਲੈ ਕੇ ਆਈ ਦੀ ਆ। ਮਰ ਜਾਣੇ ਲੈ ਕੇ ਆਣੋ, ਇਹ ਕਿਹੜਾ ਵਿਚਾਰੇ ਬਲੈਕ ਕਰਦੇ ਨੇ। ਖਬਰਦਾਰ, ਇਹ ਬਲੈਕ ਦੀ ਗੱਲ ਕੀਤੀ ਆ ਫੇਰ? ਸਾਡੇ ਪੰਜਾਬ ਪੁਲਿਸ ਵਾਲੇ ਮੁੰਡੇ ਇੰਨੇ ਹੈਂਡਸਮ, ਹਾਂ ਐਡੇ ਸਮਾਰਟ, ਐਡੇ ਯੋਧੇ ਸੂਰਵੀਰ, ਆਹੋ ਇਹਨਾਂ ਨੇ ਕਿੱਡੇ ਕਿੱਡੇ ਵੱਡੇ ਵੱਡੇ ਬਲੈਕ ਇਹ ਫੜ ਕੇ ਜੇਲ੍ਹਾਂ 'ਚ ਬੰਦ ਕੀਤੇ ਆ। ਉਹ ਤੇਰੀ ਗੱਲ ਸਹੀ ਆ, ਮਣਾ ਮੂਹੀ ਫੀਮ ਪਈ ਥਾਣਿਆਂ 'ਚ ਰੁਲਦੀ ਆ। ਅੱਛਾ, ਇਹ ਵਿਚਾਰੇ ਇਕੱਲੇ ਕਿੰਨੀ ਖਾਈ ਜਾਣ। ਥੈਂਕ ਯੂ, ਕਿਉਂਕਿ ਇੰਨਾ ਕੀ ਵਕਤ ਸੀਗਾ, ਪਰ ਮੈਂ ਦੁਬਾਰਾ ਬਾਰ ਬਾਰ ਮੈਂ ਕੀ ਤਾਰੀਫ ਕਰਾਂ ਕਿ ਜਿੰਨੀ ਤਾਰੀਫ ਕਰੀ ਜਾਵੇ ਓਨੀ ਘੱਟ। ਮਾਵਾਂ ਭੈਣਾਂ ਬੇਟੀਆਂ
ਔਰ ਐਡੀ ਦੂਰੋਂ ਦੂਰੋਂ ਸੱਜਣ ਆਏ ਆ, ਮੀਡੀਆ ਸਾਰਾ ਆ ਗਿਆ ਇੱਥੇ, ਸਾਰਾ ਮੀਡੀਆ, ਮੈਂ ਸੁਰਿੰਦਰ ਭਾਅ ਜੀ ਹੋਰੀ ਹੋਰ ਬਾਬਾ ਜੀ ਹੋਰਾਂ ਦੇ ਫਿਰ ਚਰਨਾਂ 'ਚ ਮੈਂ ਕੋਟਨ ਕੋਟੀ ਨਮਸਕਾਰ ਕਰਦਾ। ਔਰ ਪਹਿਲਾ ਮੇਰਾ ਸਟੇਜ ਆ ਇਹ ਕਨੇਡਾ ਤੋਂ ਆ ਕੇ, ਬਸ ਪਹਿਲੀ ਸਟੇਜ ਨਾਲ ਹੀ ਮੈਂ ਜਿਸ ਤਰ੍ਹਾਂ ਦੱਸਿਆ ਕਿ ਇੱਦੋਂ ਵੱਡਾ ਮੀਡੀਆ ਕੋਈ ਨਹੀਂ ਹੈ, ਸਾਊਂਡ ਬਹੁਤ ਪਿਆਰੀ ਆ, ਹਰ ਇੱਕ ਪਲੀਜ਼ ਕਰਮਚਾਰੀ ਸਾਡੇ ਵੀਰ, ਮੇਰਾ ਮਨ ਬਹੁਤ ਕਰਦਾ ਸੀ ਕਿ ਮੈਂ ਕੌਮੇਡੀ ਕਰਾਂ, ਪਰ ਦਰਸ਼ਨ ਕਰਕੇ ਪਾਲੀ ਦੇ ਤਾਲੀ ਆ ਜੀ, ਮੇਰੇ ਮਿੱਤਰ ਆ ਬਹੁਤ ਸਾਰਾ ਮਾਣ ਭੇਜਦੇ ਆ, ਬਾਬਾ ਜੀ ਹੋਰਾਂ ਵੱਲੋਂ ਬਹੁਤ ਸਾਰੀ ਮਾਇਆ ਆਈ ਆ, ਥੈਂਕ ਯੂ, ਸ਼ੁਕਰੀਆ। ਹਾਂਜੀ, ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਜੀ, ਗੁਰਦੇਵ ਸਿੰਘ ਢਿੱਲੋਂ, ਭਜਨਾ ਅਮਲੀ, ਆਸਰਸ ਕਲਾਕਾਰ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਨੇ ਉਹਨਾਂ ਦੇ ਢਿੱਡੀ ਪੀੜਾਂ ਪਾਉਣ ਵਾਸਤੇ ਕੈਨੇਡਾ ਦਾ ਟੂਰ ਕੱਢ ਕੇ ਇੰਡੀਆ ਵਰਤੇ ਨੇ। ਸਭ ਤੋਂ ਪਹਿਲਾਂ ਸਟੇਜ ਬਾਬਾ ਜੀ ਦੇ ਦਰਬਾਰ 'ਤੇ ਲੱਗੀ ਆ ਇਹਨਾਂ ਦੀ, ਅਤੇ ਹੁਣ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਮੈਂ ਮੰਚ ਦੇ ਉੱਤੇ ਸੱਦਾ ਦੇਣ ਲੱਗਿਆ ਜੀ। ਕਹਿੰਦੇ ਮੰਜਿਆਂ 'ਤੇ ਬਹਿੰਦੇ ਸੀ, ਕੋਲ ਕੋਲ ਰਹਿੰਦੇ ਸੀ, ਸੋਫੇ ਬੈੱਡ ਆ ਗਏ ਨੇ, ਦੂਰੀਆਂ ਵਧਾ ਗਏ ਨੇ, ਛੱਤਾਂ 'ਤੇ ਨਾ ਸੌਂਦੇ ਹੁਣ, ਬਾਤਾਂ ਵੀ ਨਾ ਪਾਉਂਦੇ ਹੁਣ, ਵਿਹੜੇ ਵਿੱਚ ਰੁੱਖ ਸੀ ਸਾਂਝੇ ਦੁੱਖ ਸੁੱਖ ਸੀ, ਗੂਹਾ ਖੁੱਲ੍ਹਾ ਰਹਿੰਦਾ ਸੀ, ਰਾਹੀ ਵੀ ਆ ਬਹਿੰਦਾ ਸੀ, ਕਾਂ ਵੀ ਕਰਲਾਉਂਦੇ ਸੀ, ਪਰਾਹੁਣੇ ਵੀ ਆਉਂਦੇ ਸੀ, ਸਾਈਕਲ ਹੀ ਕੋਲ ਸੀ ਤਾਂ ਵੀ ਮੇਲ ਜੋਲ ਸੀ, ਪੈਸੇ ਭਾਵੇਂ ਘੱਟ ਸੀ ਮੱਥੇ 'ਤੇ ਨਾ ਵੱਟ ਸੀ, ਸ਼ਾਇਦ ਕੁਝ ਪਾਇਆ ਏ ਪਰ ਬਹੁਤਾ ਤਾਂ ਗਵਾਇਆ, ਇਹ ਪਰ ਬਹੁਤਾ ਤਾਂ ਗਵਾਇਆ ਹੀ, ਕੀ ਗਵਾਇਆ, ਆਪਣਾ ਕਲਚਰ, ਆਪਣਾ ਵਿਰਸਾ, ਉਸੇ ਵਿਰਸੇ ਨੂੰ ਸਾਹਮਣੇ ਰੱਖਦੇ ਹੋਏ ਪਾਲੀ ਦੇਤ ਵਾਲੀਆ ਮੰਚ ਦੇ ਉੱਤੇ ਹਾਜ਼ਰ ਨੇ ਜੀ, ਆਪਣੀ ਹਾਜ਼ਰੀ ਲੈ ਕੇ। ਹੈਲੋ ਹੈਲੋ ਹੈਲੋ, ਇਹਨਾਂ ਦੀ ਨਾਲ ਜਿੰਨੀ ਵੀ ਸੰਗਤ ਪੰਡਾਲ ਦੇ ਵਿੱਚ ਖੜੀ ਹੈ ਜੀ, ਉਹਨਾਂ ਅੱਗੇ ਬੇਨਤੀ ਹੈ ਜੀ, ਜਿੱਥੇ ਵੀ ਥਾਂ ਮਿਲਦੀ ਹੈ ਬੈਠਣ ਦੀ ਕਿਰਪਾਲਤਾ ਕਰਨਾ। ਪਾਲੀ ਦੇਤ ਵਾਲੀਆ ਜੀ, ਉਸ ਤੋਂ ਬਾਅਦ ਹਰਭਜਨ ਸੇਰਾ ਜੀ, ਉਸ ਤੋਂ ਬਾਅਦ ਦੁਰਗਾ ਰੰਗੀਲਾ ਜੀ, ਮੰਚ ਦੇ ਉੱਤੇ ਵਾਰ ਵਾਰੀ ਆਪਣੀਆਂ ਹਾਜ਼ਰੀਆਂ ਭਰਨ ਵਾਸਤੇ। ਹਲੇ ਹਲੇ ਚੱਖਾ ਲਈ ਹਲੇ ਬੈਂਜੂ ਵਾਲੇ ਪਾਸੇ Thank you.
ਹਾਂਜੀ ਆਰ ਯੂ ਰੈਡੀ ਬੈਂਚ ਥੋੜ੍ਹੀ ਜ਼ੋਰ ਬੋਲ ਦੋ ਸੋ ਇੰਤਜ਼ਾਰ ਦੀਆਂ ਘੜੀਆਂ ਖਤਮ ਕਰਦੇ ਹੋਏ ਸਭ ਤੋਂ ਪਹਿਲਾਂ ਸਾਡਾ ਰੋਮ ਰੋਮ ਕਰਜ਼ਦਾਰ ਹੈ ਸਾਈਂ ਸੁਰਿੰਦਰ ਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਨੇ ਸਾਡੀ ਨਿਮਾਣੀ ਜੀ ਸੇਵਾ ਲਵਾਉਣ ਦਾ ਸਾਨੂੰ ਇਹ ਸੁਭਾਗਾ ਸਮਾਂ ਬਖਸ਼ਿਆ ਸੋ ਸਾਰੀ ਸੰਗਤ ਇੱਕ ਵਾਰੀ ਉੱਤੇ ਨੂੰ ਹੱਥ ਕਰਕੇ ਜ਼ੋਰਦਾਰ ਤਾੜੀ ਹੋ ਜਾਏ ਜੀ ਕਿਆ ਬਾਤ ਹੈ ਜਿਹੜੇ ਬਾਬਾ ਜੀ ਨੂੰ ਪਿਆਰ ਕਰਦੇ ਆ ਇਸ ਸੱਚੀ ਸਰਕਾਰ ਨੂੰ ਪਿਆਰ ਕਰਦੇ ਆ ਇਸ ਦਰਬਾਰ ਨੂੰ ਪਿਆਰ ਕਰਦੇ ਆ ਜਿਨ੍ਹਾਂ ਦੀਆਂ ਝੋਲੀਆਂ ਇਸ ਦਰਬਾਰ ਤੋਂ ਅੱਜ ਤੱਕ ਭਰ ਕੇ ਗਈਆਂ ਕੋਈ ਖਾਲੀ ਨਹੀਂ ਮੁੜਿਆ ਸੱਚੇ ਮੈਨੂੰ ਥੈਂਕ ਯੂ ਜੀ ਕਿ ਬੁਰਾ ਕਿਸੇ ਨੂੰ ਬੋਲਾਂ ਨਾ ਮੈਂ ਬੁਰਾ ਨਾ ਵੇਖਣੇ ਅੱਖਾਂ ਬੁਰਾ ਕਿਸੇ ਨੂੰ ਬੋਲਾਂ ਨਾ ਮੈਂ ਬੁਰਾ ਨਾ ਵੇਖਣੇ ਅੱਖਾਂ ਬਖਸ਼ਣ ਹਾਰਾ ਬਖਸ਼ ਲਮੀ ਤੂੰ ਮੇਰੇ ਐਬ ਕਰੋੜਾਂ ਲੱਖਾਂ ਊਚ ਨੀਚ ਕੀ ਰੰਗ ਨਸਲ ਕੀ ਇਹ ਜਾਤਾਂ ਪਾਤਾਂ ਮਨ ਨੀਵਾ ਮਤੀ ਉੱਚੀ ਕਰਦੇ ਤੂੰ ਬਖਸ਼ਦਾ ਤਿਆ ਦਾਤਾਂ ਤੂੰ ਬਖਸ਼ਦਾ ਤਿਆ ਦਾਤਾਂ ਅੱਜ ਉਸ ਦਾਤੇ ਦੀ ਗਿਆਰਵੀਂ ਵਾਲੀ ਸਰਕਾਰ ਦੀ ਮਿਹਰ ਹੋਈ ਹੈ ਕਿ ਅੱਜ ਰੌਣਕਾਂ ਲੱਗੀਆਂ ਨੇ ਸਾਈਂ ਜੀ ਦੇ ਵਿਹੜੇ ਦੇ ਵਿੱਚ ਸੋ ਪਰਿਵਾਰਕ ਗੀਤਾਂ ਦੀ ਇੱਕ ਸਾਂਝ ਪਾਉਣ ਵਾਲੀ ਉਹ ਮਹਾਨ ਸ਼ਖਸੀਅਤ ਤੁਰੇ ਜਾਂਦੇ ਰਾਹੀਆਂ ਨੂੰ ਖੜ ਕੇ ਸੁਣਦੇ ਲਈ ਮਜਬੂਰ ਕਰਨ ਵਾਲੀ ਉਹ ਆਵਾਜ਼ ਪੁਰਾਣੇ ਜ਼ਮਾਨੇ ਤੋਂ ਲੈ ਕੇ ਕੁਲਦੀਪ ਮਾਣਕ ਸਾਹਿਬ ਤੋਂ ਲੈ ਕੇ ਅਮਰ ਸਿੰਘ ਜੀ ਚਮਕੀਲਾ ਤੋਂ ਲੈ ਕੇ ਜਿਨ੍ਹਾਂ ਦੀ ਕਲਮ ਨੇ ਆਪਣੀ ਹੁਨਰ ਦਾ ਲੋਹਾ ਮਨਵਾਇਆ ਉਹ ਆਵਾਜ਼ ਤੁਹਾਡੇ ਰੂਬਰੂ ਪੇਸ਼ ਕਰਨ ਲੱਗਿਆਂ ਇੱਕ ਪਰਿਵਾਰਕ ਗੀਤਾਂ ਦੀ ਸਾਂਝ ਪਾਉਣ ਵਾਲੀ ਉਹ ਆਵਾਜ਼ ਤੁਹਾਡੇ ਰੂਬਰੂ ਪੇਸ਼ ਕਰਨ ਲੱਗੇ ਹਾਂ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਤਾਲੀ ਦੇਤ ਵਾਲੀ ਹੈ ਜੀ ਕਰ ਜਾਓ ਦਾਤਾ ਦੇ ਦਰਬਾਰ 'ਚ ਜਿੰਨੀ ਸੰਗਤ ਬੈਠੀ ਹੈ ਬਹੁਤ ਬੜਾ ਅੱਛਾ ਲੱਗਦਾ ਗੁਰਬਾਣੀ ਵਿੱਚ ਵੀ ਲਿਖਿਆ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਬਾਬਾ ਜੀ ਗੱਲ ਇਹ ਹੈ ਬਈ ਜਿੰਨੀ ਤੁਹਾਡੀ ਛੋਟੀ ਉਮਰ ਹੈ ਨਾ ਬਹੁਤ ਚੰਗਾ ਲੱਗਦਾ ਬਈ ਸਾਧੂ ਬੋਲੇ ਸਹਿਸਵਾ ਸਾਧਕਾ ਬੋਲਿਆ ਬਿਰਥ ਨਾ ਜਾ ਮੈਨੂੰ ਇਸ ਤਰ੍ਹਾਂ ਲੱਗਿਆ ਬਹੁਤ ਮਾਣ ਤੁਹਾਡੇ 'ਤੇ ਭਰਾਵਾਂ ਵਾਂਗੂ ਵੀ ਤੁਹਾਡਾ ਆਸ਼ੀਰਵਾਦ ਅਤੇ ਜਿੰਨੀ ਸੰਗਤ ਬੈਠੀ ਹੈ ਸੰਗਤ ਬੜੀ ਮਹਾਨ ਹੁੰਦੀ ਹੈ ਸੰਗਤ ਦਾ ਪਿਆਰ ਪਰਮਾਤਮਾ ਦੀ ਵਾਸ ਕੋਈ ਵੀ ਕੰਮ ਸ਼ੁਰੂ ਕੀਤਾ ਜਾਵੇ ਵੈਸੇ ਅੱਜ ਸਾਰੇ ਗੀਤ ਬਹੁਤ ਅੱਛੇ ਅੱਛੇ ਆ ਸਾਡੇ ਗੁਰਦੇਵ ਢਿੱਲੋਂ ਜੀ ਹੈਲੋ ਹੈਲੋ ਆ ਬੈਜੋ ਠੀਕ ਕਰਦੇ ਜਾ ਰਹੇ ਬਾਲੀ ਹੈਲੋ ਜਿੱਥੇ ਤੱਕ ਵਸ ਜਾਂਦੀ ਹੈ ਨਾ ਇੱਕ ਵਾਰੀ ਜਕਾਰਾ ਲਾ ਦਿਓ ਦਾਤਾ ਜੀ ਨਾ ਜਕਾਰਾ ਸੱਚੀਆਂ ਸਰਕਾਰਾਂ ਦਾ ਬੋਲ ਸਾਜੇ ਦਰਬਾਰ ਕੀ ਵਾਹ ਜਿਹੜੇ ਮੂਵੀ ਮੇਕਰ ਸਾਹਿਬ ਨੇ ਇਹ ਸੰਸਾਰ ਲੈਵਲ ਤੱਕ ਮੂਵੀ ਪਹੁੰਚਣੀ ਆ ਜਿੰਨਾ ਕੁ ਟਾਈਮ ਆ ਬਈ ਅੱਲਾਹੂ ਦਾ ਵਾਜ਼ਾ ਆਵੇ ਕੁੱਲੀ ਨਹੀਂ ਫਕੀਰ ਦੇ ਵਿੱਚੋਂ ਚੱਲ ਬਾਬੇ ਦਿਖਾ ਮਾਲਾ ਫੇਰੀ ਪਰ ਦਿਲ ਨੀ ਫਿਰਿਆ ਮਾਲਾ ਫੇਰੀ ਪਰ ਦਿਲ ਨੀ ਫਿਰਿਆ ਤੇ ਦੱਸ ਕੀ ਲਿਆ ਮਾਲਾ ਫੜੀ ਗਏ ਗਾਲੇ ਬਾਬਾ ਜੀ ਵੀ ਜਿਹੜੀ ਆ ਮੂਵੀ ਬਣ ਰਹੀ ਹੈ ਨਾ ਜਹਾਰ ਵਾਲੀ ਇਹ ਮੇਰੀ ਜ਼ਿੰਦਗੀ ਦਾ ਅਹਿਮ ਦਾ ਨਾ ਮੇਰੀ ਦਾ ਮੈਂ ਸਟੇਜ ਤੇ ਚੜ੍ਹਨ ਤੋਂ ਪਹਿਲਾਂ ਹੀ ਬੜਾ ਬਾਬਾ ਜੀ ਨੇ ਮਾਣ ਕੀਤਾ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਮਾਲਾ ਫੇਰੀ ਪਰ ਦਿਲ ਨੀ ਫਿਰਿਆ ਮਾਲਾ ਫੇਰੀ ਪਰ ਦਿਲ ਨੀ ਫਿਰਿਆ ਤੇ ਦੱਸ ਕੀ ਲਿਆ ਮਾਲਾ ਫੜੀ ਗਏ ਬਾਜ ਗੁਰੂ ਤੱਕ ਤੇ ਗਿਆਨ ਨੀ ਮਿਲਣਾ
ते भावे थक जामी पड़ पड़ गए अल्लाह दा आवाज आया अल्लाह दा आवाज आवे ओ कुली नी फकीर दे बिचों अल्लाह दा आवाज आवे कुली नी फकीर दे बिचों अल्लाह दा आवाज आवे कुली नी फकीर दे बिचों Oh,
ਤਾਈ ਨੂੰ ਤੇ ਤਾੜੀ ਮਾਰੇ ਜੋਰ ਦੀ ਵੀ ਪੁੱਤਾਂ ਤਾਈ ਜੋੜ ਜੋ ਕੇ ਕਹਿਣ ਵਾਲੇ ਹੋ। ਇਹ ਬਾਬਾ ਜੀ ਹੁਣਾਂ ਨੇ ਇਸ ਕਰਕੇ ਦਰਸ਼ਨ ਕਰਾਏ ਆ ਵੀ ਪਾਣੀ ਦੇਤ ਵਾਲੀ ਆ ਤੁਸੀਂ ਬਈ ਪਰਿਵਾਰਕ ਗੀਤ ਪੇਸ਼ ਕਰਨੇ ਇੱਥੇ ਬਹੁਤ ਚੰਗਾ ਲੱਗਦਾ। ਆਹ ਬਹੁਤ ਮਿਹਰਬਾਨੀ ਭਾਅ ਜੀ, ਠੀਕ ਆ ਬਸ ਬਹੁਤ ਮਿਹਰਬਾਨੀ। ਆਹ ਕਹਿੰਦੇ ਆ ਹੁਣ ਕਵਾਸ ਉੱਠ ਰਹੀ ਹੈ ਵੀ ਬੇਟੀ ਬਚਾਓ ਤੇ ਬੇਟੀ ਪੜ੍ਹਾਓ। ਲੈ ਪੁੱਤਾਂ ਤਾਂ ਹੀ ਜਿਉਣ ਜੋਗੇ ਕਹਿਣ ਵਾਲੇ ਹੋ, ਕਦੇ ਧੀਆਂ ਨੂੰ ਵੀ ਕਿਹਾ ਕਰੋ ਜਿਉਣ ਜੋਗੀਆਂ। ਹੈਲੋ ਭਾਈ, ਠੀਕ ਹੈ ਬਸ ਇੱਧਰ ਹੋ ਜਾਓ। ਦਾਨ ਧੀਆਂ ਇੱਕ ਅਨੋਖਾ ਬੂਟਾ ਤੇ ਧੀਆਂ ਦਰਦ ਕਹਾਣੀ, ਧੀਆਂ ਪੱਗ ਬਾਬਲ ਦੀ ਚਿੱਟੀ ਤੇ ਧੀਆਂ ਨਦੀ ਦਾ ਪਾਣੀ। ਸਮਝ ਨਹੀਂ ਆਉਂਦੀ ਬਸ ਇਹ ਹੱਥਾਂ ਰੂਪ ਹੋਣ ਜੋਗੀਆਂ।